ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਭੈਰੋਂ ਮਹਿਲਾ ਚੌਥਾ ਤੇ ਸਾਧੂ ਹਰ ਮੇਲੋ ਸੁਆਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨਕਾ ਦਰਸ ਦੇਖ ਮਨ ਬਿਗਸੈ ਖਿਨ ਖਿਨ ਤਿਨ ਕਉ ਹਉ ਬਲਿਹਾਰੀ ਹਰ ਹਿਰਦੈ ਜਪ ਨਾਮ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ ਹਮ ਦਾਸਨ ਦਾਸ ਕੀ ਜੈ ਪਣਿਹਾਰੀ ਰਹਾਉ ਤਿਨ ਮਤ ਊਤਮ ਤਿਨ ਪਤ ਊਤਮ ਜਿਨ ਹਿਰਦੈ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਤਿਨ ਕੀ ਸੇਵਾ ਲਾਏ ਹਰ ਸੁਆਮੀ ਤਿਨ ਸਿਮਰਤ ਗਤ ਹੋਏ ਹਮਾਰੀ ਜਿਨ ਐਸਾ ਸਤਿਗੁਰ ਸਾਧ ਨ ਪਾਇਆ ਤੇ ਹਰ ਦਰਗਾਹ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨ ਪਾਵੇ ਤਿਨ ਨੱਕ ਕਾਟੇ ਸਿਰਜਨ ਹਾਰੀ ਹਰ ਆਪ ਬੁਲਾਵੇ ਆਪੇ ਬੋਲੇ ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂੰ ਮੇਲੈ ਸੋ ਤੁਦ ਮਿਲਸੀ ਜਨ ਨਾਨਕ ਕਿਆ ਏ ਜੰਤ ਵਿਚਾਰੀ ਹਰ ਜਿਸ ਤੂੰ ਮੇਲੈ ਸੋ ਤੁਦ ਮਿਲਸੀ ਜਨ ਨਾਨਕ ਕਿਆ ਏ ਜੰਤ ਵਿਚਾਰੀ ਆਪਣੇ ਜੀਵਨ ਨੂੰ ਸਫਲ ਬਣਾਉਣ ਲਈ ਗੁਰੂ ਗਿਆਨ ਪ੍ਰਾਪਤ ਕਰਨ ਦੇ ਮਨੋਰਥ ਦੇ ਨਾਲ ਗੁਰਦੁਆਰਾ ਦਸ਼ਮੇਸ਼ ਦਰਬਾਰ ਬਰੈਂਪਟਨ ਕਨੇਡਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਸਮਾਰੀ ਸਾਧ ਸੰਗਤ ਜੀਓ, ਲੜੀਵਾਰ ਗੁਰੂ ਸ਼ਬਦ ਵਿਚਾਰ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਕ ਨੰਬਰ 1135 ਉੱਪਰ ਸਵਾਏਮਾਨ ਸ਼ਬਦ ਤੇ ਸਾਧੂ ਹਰ ਮੇਲੋ ਸੁਆਮੀ ਜਿਨ ਜਪਿਆ ਗਤ ਹੋਏ ਹਮਾਰੀ, ਇਹ ਸ਼ਬਦ ਅੱਜ ਆਪਾਂ ਵਿਚਾਰਨਾ ਹੈ। ਸ਼ਬਦ ਦਾ ਇੱਕ ਇੱਕ ਬੋਲ ਅਰਦਾਸ ਦੇ ਰੂਪ ਵਿੱਚ ਹੈ। ਸ਼ਬਦ ਦੀ ਇੱਕ ਇੱਕ ਸੱਤ ਹਿਰਦੇ ਦੀ ਗਹਿਰਾਈ ਤੋਂ ਨਿਕਲੀ ਅਰਦਾਸ ਹੈ। ਔਰ ਮੈਂ ਅਰਜ਼ ਕਰਾਂ, ਜਿਤਨੀ ਤਾਕਤ ਅਰਦਾਸ ਦੇ ਵਿੱਚ ਹੈ, ਇੰਨੀ ਤਾਕਤ ਹੋਰ ਕਿਸੇ ਚੀਜ਼ 'ਚ ਨਹੀਂ ਹੈ। ਜਦੋਂ ਇਹ ਅਰਦਾਸ ਅੰਦਰੋਂ ਨਿਕਲਦੀ ਹੈ
ਇਹ ਪਰਮਾਤਮਾ ਤੱਕ ਪਹੁੰਚਦੀ ਹੈ, ਪਹੁੰਚਦੀ ਹੈ। ਜਦੋਂ ਅਰਦਾਸ ਪਰਮਾਤਮਾ ਤੱਕ ਪਹੁੰਚਦੀ ਹੈ ਤੇ ਫਿਰ ਪਰਮਾਤਮਾ ਗੁਰੂ ਦੇ ਨਾਲ ਮਿਲਾਪ ਕਰਾਉਂਦਾ ਹੈ। ਇੱਕ ਬੜੀ ਪਿਆਰੀ ਕਿਤਾਬ, ਗੁਰਮੁਖ ਪਿਆਰੇ ਬਹੁਤ ਵੱਡੇ ਵਿਦਵਾਨ ਸਰਦਾਰ ਜਸਵੰਤ ਸਿੰਘ ਨੇਗੀ, ਉਹਨਾਂ ਦੀ ਲਿਖੀ ਹੋਈ ਕਿਤਾਬ ਅਰਦਾਸ ਦੀ ਸ਼ਕਤੀ, ਅਰਦਾਸ ਦੀ ਸ਼ਕਤੀ ਪੜ੍ਹਨ ਵਾਲੀ ਪੂਰੀ ਦੀ ਪੂਰੀ ਕਿਤਾਬ ਹੀ ਇਸ ਵਿਸ਼ੇ ਤੇ ਲਿਖੀ ਹੈ। ਬਹੁਤ ਵੱਡੀ ਕਿਤਾਬ ਹੈ, ਬੜੀ ਵਾਹ ਕਮਾਲ ਹੈ। ਕਿਉਂਕਿ ਅਰਦਾਸ ਜਦ ਮਨੁੱਖ ਕਰਦਾ ਹੈ ਤੇ ਸਮਝ ਲਵੋ ਇੱਕ ਅਨਾਥ ਬੱਚੇ ਨੂੰ ਮਾਤਾ ਪਿਤਾ ਦਾ ਆਸਰਾ ਮਿਲ ਗਿਆ। ਅਰਦਾਸ ਐਸੀ ਹੈ, ਜਦੋਂ ਮਨੁੱਖ ਅਰਦਾਸ ਕਰਦਾ ਹੈ ਤੇ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ। ਅਰਦਾਸ ਦਾ ਮਤਲਬ ਹੀ ਇਹੋ ਹੈ, ਹੁਣ ਮੇਰਾ ਤਾਂ ਮੇਰੇ 'ਚ ਕੁਛ ਰਹਿ ਹੀ ਨਹੀਂ ਗਿਆ, ਇਹ ਪਰਮਾਤਮਾ ਸਾਰਾ ਤੇਰਾ ਹੈ। ਜਿਵੇਂ ਇੱਕ ਨਿੱਕਾ ਬੱਚਾ ਹੈ ਜੋ ਅਜੇ ਜਨਮਿਆ ਹੀ ਹੈ, ਹੁਣ ਉਸ ਜਨਮੇ ਬੱਚੇ ਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਹੈ ਮਾਂ ਨੂੰ। ਬੱਚੇ ਦੀ ਤੇ ਕੋਈ ਹੋਂਦ ਹੀ ਨਹੀਂ, ਮਾਂ ਤੂੰ ਸਮਰਪਿਤ ਕਰ ਦਿੱਤਾ ਹੈ ਔਰ ਬੱਚੇ ਦੇ ਸਾਰੇ ਫਿਕਰ, ਸਾਰੀਆਂ ਚਿੰਤਾਵਾਂ ਇਹ ਮਾਂ ਦੀਆਂ ਹੋ ਗਈਆਂ, ਹੁਣ ਬੱਚੇ ਦੀਆਂ ਨਹੀਂ ਰਹੀਆਂ, ਸਾਰੀਆਂ ਹੀ ਮਾਂ ਦੀਆਂ। ਇਸੇ ਤਰ੍ਹਾਂ ਜਦ ਸਿੱਖ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ, ਗੁਰਬਾਣੀ ਕਹਿੰਦੀ ਵੀ ਇਹੀ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਇਹ ਜੋ ਤੇਰੇ ਮਨ ਦੀ ਬਿਰਥਾ ਹੈ, ਜਦੋਂ ਤੂੰ ਗੁਰੂ ਦੇ ਅੱਗੇ ਅਰਦਾਸ ਕਰੇਗਾ ਫਿਰ ਤੇਰੀ ਬਿਰਥਾ ਨਹੀਂ ਰਹਿ ਜਾਏਗੀ, ਇਹ ਗੁਰੂ ਦੀ ਹੋ ਜਾਏਗੀ। ਤੇ ਸਾਹਿਬ ਕਹਿੰਦੇ ਹੈ ਤੇ ਸਾਧੂ ਹਰ ਮੇਲੋ ਸਵਾਮੀ ਜਿਨ ਜਪਿਆ ਗਤ ਹੋਏ ਹਮਾਰੀ। ਇਹ ਪਰਮਾਤਮਾ ਸਾਡੀ ਤੇਰੇ ਚਰਨਾਂ ਦੇ ਵਿੱਚ ਇੱਕ ਹੀ ਅਰਦਾਸ ਹੈ, ਸਾਡਾ ਮਿਲਾਪ ਐਸੇ ਕੁਛ ਪ੍ਰਭੂ ਪਿਆਰਿਆਂ ਦੇ ਨਾਲ ਕਰਵਾ ਦੇਵੋ ਜਿਨ੍ਹਾਂ ਨੂੰ ਮਿਲ ਕੇ ਸਾਡਾ ਵੀ ਬੇੜਾ ਪਾਰ ਹੋ ਜਾਵੇ। ਕਹਿੰਦੇ ਨੇ ਤੁਸੀਂ ਇੱਕ ਕਿੱਲ ਨੂੰ ਪਾਣੀ ਦੇ ਵਿੱਚ ਇਕੱਲੇ ਨੂੰ ਸੁੱਟੋਗੇ ਉਹ ਕਿੱਲ ਡੁੱਬ ਜਾਏਗਾ, ਨਹੀਂ ਤਰ ਪਾਏਗਾ, ਚਾਹੇ ਛੋਟਾ ਜਿਹਾ ਕਿਉਂ ਨਾ ਹੋਵੇ। ਪਰ ਉਸ ਤਰ੍ਹਾਂ ਦੇ ਹਜ਼ਾਰਾਂ ਕਿੱਲ ਕਿਸ਼ਤੀ ਦੇ ਨਾਲ ਲੱਗ ਜਾਂਦੇ, ਲੱਗੇ ਹੀ ਹੁੰਦੇ ਆ। ਉਹ ਹਜ਼ਾਰਾਂ ਕਿੱਲ ਹੈ ਜਿਹੜੇ ਕਿਸ਼ਤੀ ਦੇ ਨਾਲ ਲੱਗ ਕੇ ਤਰ ਜਾਂਦੇ ਆ, ਨਹੀਂ ਡੁੱਬਦੇ, ਕਿਉਂਕਿ ਹੁਣ ਉਹਨਾਂ ਨੂੰ ਕਿਸ਼ਤੀ ਮਿਲ ਗਈ। ਇਸੇ ਤਰ੍ਹਾਂ ਹੀ ਮਨੁੱਖ ਹੈ ਜਿਹੜੇ ਉਹ ਇਸ ਭਵ ਸਾਗਰ ਦੇ ਵਿੱਚ ਡੁੱਬ ਰਹੇ ਆ, ਇੱਕ ਨਹੀਂ ਡੁੱਬ ਰਿਹਾ, ਮੈਂ ਕਹਿੰਦਾ ਕਿ ਪੂਰੀ ਦੁਨੀਆ ਡੁੱਬ ਰਹੀ, ਪੂਰੀ ਦੁਨੀਆ। ਹਰ ਪਾਸੇ ਵੱਲ ਤੁਸੀਂ ਚੱਲ ਕੇ ਦੇਖੋ, ਕਿਤੇ ਲੋਕ ਆਪਣੇ ਹੰਕਾਰ ਦੇ ਵਿੱਚ ਡੁੱਬਦੇ ਜਾ ਰਹੇ, ਆਪਣੇ ਹੰਕਾਰ, ਕਿਤੇ ਲੋਕ ਈਰਖਾ ਦੇ ਵਿੱਚ ਡੁੱਬੇ ਪਏ ਨੇ, ਅਤਿਅੰਤ ਦੀ ਈਰਖਾ, ਅਤਿਅੰਤ ਦੀ ਈਰਖਾ, ਕਿਤੇ ਇਹ ਲੋਕ ਸਵਾਰਥ ਦੇ ਵਿੱਚ ਡੁੱਬੇ ਪਏ ਨੇ, ਸਵਾਰਥ ਦੇ ਵਿੱਚ, ਕਿਤੇ ਨਫ਼ਰਤ ਦੇ ਵਿੱਚ ਡੁੱਬੇ ਪਏ ਹੈ। ਹਰ ਬੰਦਾ ਡੁੱਬਿਆ ਹੀ ਡੁੱਬਿਆ ਹੈ, ਤਰਤੇ ਕੋਈ ਵੀ ਨਹੀਂ ਰਿਹਾ, ਤਰਤੇ ਕੋਈ ਵੀ ਨਹੀਂ ਰਿਹਾ। ਪਰ ਜਦੋਂ ਗੁਰੂ ਦੇ ਨਾਲ ਮਿਲ ਜਾਂਦਾ ਹੈ
ਤਾਂ ਗੁਰੂ ਨਾਲ ਮਿਲ ਕੇ ਇਹ ਗੁਰੂ ਦਾ ਹੀ ਰੂਪ ਹੋ ਜਾਂਦਾ ਹੈ। ਇੱਕ ਬੜਾ ਪਿਆਰਾ ਸ਼ਬਦ ਗੁਰੂ ਨੇ ਸਾਨੂੰ ਦਿੱਤਾ ਹੈ, ਅਸੀਂ ਤੇ ਉਸ ਸ਼ਬਦ ਦੇ ਭਾਵ ਅਰਥਾਂ ਨੂੰ ਸਮਝਿਆ ਨਹੀਂ ਹੈ। ਉਹ ਸ਼ਬਦ ਹੈ ਭਾਈ, ਭਾਈ। ਗੁਰੂ ਨਾਨਕ ਦੇਵ ਜੀ ਨੂੰ ਮਿਲਦਾ ਹੈ ਇੱਕ ਮਰਾਸੀਆਂ ਦਾ ਮੁੰਡਾ ਨਾਮ ਮਰਦਾਨਾ, ਮਰਾਸੀਆਂ ਦਾ ਲੜਕਾ ਨਾਮ ਮਰਦਾਨਾ। ਜਦੋਂ ਗੁਰੂ ਨੂੰ ਮਿਲਿਆ ਤਾਂ ਫਿਰ ਗੁਰੂ ਨੇ ਕਹਿ ਦਿੱਤਾ, ਹੁਣ ਤੂੰ ਮੇਰਾ ਭਾਈ ਹੋ ਗਿਆ, ਹੁਣ ਤੇ ਤੂੰ ਮੇਰਾ ਭਰਾ ਹੈ। ਔਰ ਮਿਲ ਕੇ ਅਵਸਥਾ ਵੀ ਇੰਨੀ ਉੱਚੀ ਹੋ ਗਈ ਕਿ ਮਰਦਾਨਾ ਅਕਸਰ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿ ਦਿੰਦੇ ਸਨ, ਬਾਬਾ ਤੇਰੇ ਔਰ ਮੇਰੇ ਮੈਂ ਕੋਈ ਭੇਦ ਨਹੀਂ, ਤੂੰ ਰੱਬ ਕਾ ਡੂੰਬ ਮੈਂ ਤੇਰਾ ਡੂੰਬ, ਤੇਰੇ ਔਰ ਮੇਰੇ ਚ ਭੇਦ ਕੋਈ ਨਾ ਹੈ। ਜੋ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ ਉਹਦੇ ਵਿੱਚ ਫਿਰ ਕੋਈ ਭੇਦ ਨਹੀਂ ਰਹਿ ਜਾਂਦਾ। ਗੁਰੂ ਨੂੰ ਜੋ ਮਿਲ ਗਿਆ ਉਹ ਗੁਰੂ ਦਾ ਰੂਪ ਹੋ ਗਿਆ। ਜਦੋਂ ਗੁਰੂ ਦੇ ਨਾਲ ਮਿਲਦਾ ਹੈ ਭਾਈ ਲਹਿਣਾ ਜੀ, ਤੇ ਭਾਈ ਲਹਿਣਾ ਜੀ ਤੇ ਹੁਣ ਗੁਰੂ ਦਾ ਰੰਗ ਹੀ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਇਹ ਇਸੇ ਤਰ੍ਹਾਂ ਹੀ ਹੈ ਜਿਵੇਂ ਕੋਈ ਇਨਸਾਨ ਫੁੱਲਾਂ ਦੀ ਕਿਆਰੀ ਦੇ ਵਿੱਚ ਚਲੇ ਜਾਏ, ਹੁਣ ਫੁੱਲਾਂ ਦੀ ਸੁਗੰਧੀ ਉਹਨੂੰ ਮਿਲਣੀ ਸ਼ੁਰੂ ਹੋ ਜਾਏਗੀ। ਇਸੇ ਤਰ੍ਹਾਂ ਹੀ ਜੈਸੀ ਸੰਗਤ ਦੇ ਵਿੱਚ ਇਨਸਾਨ ਜਾਏਗਾ, ਸੰਗਤ ਦਾ ਪ੍ਰਭਾਵ ਉਸ ਇਨਸਾਨ ਤੇ ਜ਼ਰੂਰ ਪਵੇਗਾ, ਜ਼ਰੂਰ ਪਵੇਗਾ। ਔਰ ਮੈਂ ਤੇ ਇਦੋਂ ਥੋੜ੍ਹਾ ਜਿਹਾ ਹੋਰ ਅੱਗੇ ਚਲੇ ਜਾਂਦਾ, ਜਿੱਥੇ ਜਿਸ ਤਰ੍ਹਾਂ ਦੇ ਲੋਕ ਰਹਿਣਗੇ ਉੱਥੇ ਉਸੇ ਹੀ ਤਰ੍ਹਾਂ ਦਾ ਇੱਕ ਔਰਾ ਬਣ ਜਾਏਗਾ। ਇਹ ਸ਼ਬਦ ਹੈ ਔਰਾ। ਹੁਣ ਕਈਆਂ ਨੂੰ ਪਤਾ ਨਹੀਂ ਹੋਏਗਾ ਔਰਾ ਕੀ ਹੁੰਦਾ ਹੈ। ਅਸਲ ਵਿੱਚ ਤੁਸੀਂ ਕੁਛ ਫੋਟੋਆਂ ਦੇਖੋ ਬਣੀਆਂ ਹੋਈਆਂ ਗੁਰੂ ਸਾਹਿਬਾਂ ਦੀਆਂ ਵੀ ਫੋਟੋਆਂ ਦੇ ਵਿੱਚ, ਜਾਂ ਹੋਰ ਵੀ ਕਈ ਧਾਰਮਿਕ ਮਹਿਰਮਾਂ ਰਹਿਬਰਾਂ ਦੀਆਂ ਫੋਟੋਆਂ 'ਚ ਉੱਪਰ ਇੱਕ ਤੁਹਾਨੂੰ ਰੋਸ਼ਨੀ ਬਣੀ ਦਿਸਦੀ ਹੈ, ਰੋਸ਼ਨੀ, ਉਹ ਔਰਾ ਹੁੰਦਾ ਹੈ। ਔਰੇ ਦਾ ਮਤਲਬ ਉਹ ਕੁਛ ਇਲਾਕਾ ਐਸਾ ਜਿਸ ਇਲਾਕੇ 'ਚ ਉਹਦਾ ਪ੍ਰਭਾਵ ਰਹਿੰਦਾ ਹੈ, ਪ੍ਰਭਾਵ ਰਹਿੰਦਾ। ਜਿਸ ਜਗ੍ਹਾ ਤੇ ਜਿਸ ਤਰ੍ਹਾਂ ਦਾ ਇਨਸਾਨ ਰਹਿ ਕੇ ਗਿਆ ਹੈ ਉਹ ਤੇ ਚਲਾ ਜਾਂਦਾ ਹੈ, ਸਰੀਰ ਚਲੇ ਜਾਂਦਾ ਹੈ, ਪਰ ਔਰਾ ਛੱਡ ਜਾਂਦਾ ਹੈ, ਪਿੱਛੇ ਔਰਾ ਰਹਿ ਜਾਂਦਾ ਹੈ। ਇੱਕ ਕਮਰੇ ਦੇ ਵਿੱਚ ਜੇ ਪਹਿਲਾਂ ਕੋਈ ਹੰਕਾਰੀ ਬੰਦਾ ਰਹਿ ਕੇ ਗਿਆ ਹੈ, ਦੂਸਰਾ ਬੰਦਾ ਉਸ ਕਮਰੇ 'ਚ ਆਏਗਾ ਤੇ ਉਹਦੇ ਤੇ ਹੰਕਾਰ ਦਾ ਪ੍ਰਭਾਵ ਪਵੇਗਾ, ਕਿਉਂਕਿ ਔਰਾ ਹੀ ਐਸਾ ਉੱਥੇ ਬਚਿਆ ਹੋਇਆ। ਇੱਕ ਜਗ੍ਹਾ ਤੇ ਜੇ ਕੋਈ ਲਾਲਚੀ ਬੰਦਾ ਰਹਿ ਕੇ ਗਿਆ ਹੈ, ਦੂਸਰਾ ਆਵੇਗਾ ਤੇ ਉਹਦੇ ਤੇ ਲਾਲਚ ਦਾ ਪ੍ਰਭਾਵ ਪਵੇਗਾ, ਕਿਉਂਕਿ ਔਰਾ ਐਸਾ ਹੈ, ਔਰਾ ਐਸਾ ਹੈ। ਹੁਣ ਇਹਦੀ ਇੱਕ ਬੜੀ ਵਧੀਆ ਜੀ ਸਾਖੀ ਮੈਂ ਸੁਣੀ ਸੀ, ਆਪ ਜੀ ਨੂੰ ਵੀ ਸੁਣਾ ਦਿੰਦਾ, ਤੁਸੀਂ ਵੀ ਸਰਵਣ ਦੀ ਸਾਖੀ ਸੁਣੀ ਹੋਏਗੀ। ਸਰਵਣ ਪੁੱਤ ਬਹੁਤ ਕਹਿੰਦੇ ਆ, ਬੜੀਆਂ ਸਾਖੀਆਂ ਸਰਵਣ ਪੁੱਤ ਦੀਆਂ।
ਕਹਿੰਦੇ ਨੇ ਕਿ ਇਹ ਸਰਵਣ ਆਪਣੇ ਮਾਤਾ ਪਿਤਾ ਨੂੰ ਵਹਿੰਗੀ ਤੇ ਬਿਠਾ ਕੇ ਉਹਨਾਂ ਨੂੰ ਤੀਰਥਾਂ ਦੇ ਦਰਸ਼ਨ ਕਰਾਉਣ ਲਈ ਚੱਲ ਪਿਆ ਸੀ ਤੇ ਇਹ ਤੀਰਥਾਂ ਦੇ ਦਰਸ਼ਨ ਕਰਾਉਣ ਲਈ ਚੱਲਿਆ ਤੇ ਚੱਲਦਾ ਚੱਲਦਾ ਇਹ ਪਹੁੰਚ ਗਿਆ ਬਾਂਗਰ ਦੇ ਇਲਾਕੇ 'ਚ। ਇਹ ਜੋ ਫਰੀਦਾਬਾਦ ਬਲੱਭਗੜ ਵਾਲਾ ਇਲਾਕਾ ਹੈ ਬਾਂਗਰ ਦਾ, ਮਥੁਰਾ ਇਸ ਨੇ ਜਾਣਾ ਸੀ। ਜਦੋਂ ਉੱਥੇ ਪਹੁੰਚਿਆ ਤੇ ਉੱਥੇ ਜਾ ਕੇ ਇਹ ਆਪਣੇ ਮਾਤਾ ਪਿਤਾ ਤੋਂ ਵੀ ਹਿਸਾਬ ਮੰਗਣ ਲੱਗ ਗਿਆ ਸੀ। ਲਿਆਓ ਜਿੰਨੀ ਤੁਹਾਡੀ ਸੇਵਾ ਕੀਤੀ ਹੈ ਇੰਨੀ ਦਾ ਮੈਨੂੰ ਹਿਸਾਬ ਕਿਤਾਬ ਦੇ ਦੇਵੋ, ਅੱਗੇ ਫੇਰ ਲੈ ਕੇ ਚੱਲਾਂਗਾ, ਇਹਦਾ ਮੈਨੂੰ ਮੁੱਲ ਚਾਹੀਦਾ। ਤੇ ਕਹਿੰਦੇ ਨੇ ਮਾਤਾ ਪਿਤਾ ਦੀਆਂ ਤਨ ਦੀਆਂ ਅੱਖਾਂ ਤੇ ਨਹੀਂ ਸਨ, ਮਨ ਦੀਆਂ ਅੱਖਾਂ ਤੇ ਉਹਨਾਂ ਦੀਆਂ ਖੁੱਲੀਆਂ ਸੀ, ਗਿਆਨ ਉਹਨਾਂ ਕੋਲ ਸੀ। ਉਹ ਸਮਝ ਗਏ ਕਿ ਕਸੂਰ ਇਸ ਦਾ ਨਹੀਂ ਹੈ, ਕਸੂਰ ਇਸ ਇਲਾਕੇ ਦਾ ਹੈ ਜਿਹੜੇ ਇਲਾਕੇ ਦੇ ਵਿੱਚ ਇਹ ਬੈਠਾ ਹੋਇਆ। ਇੱਥੇ ਲੋਕ ਹੀ ਐਸੇ ਰਹੇ ਨੇ ਜਿਹੜੇ ਲੋਕਾਂ ਨੂੰ ਧਰਮ ਦੇ ਨਾਲੋਂ ਇਨਸਾਨੀਅਤ ਦੇ ਨਾਲੋਂ ਧਨ ਜ਼ਿਆਦਾ ਪਿਆਰਾ ਰਿਹਾ। ਐਸੇ ਲੋਕ ਰਹੇ ਜਿਨ੍ਹਾਂ ਦੇ ਕੋਲ ਸਵੈ ਅਰਥ ਸਵਾਰਥ ਹੀ ਸਭ ਤੋਂ ਵੱਡਾ ਸੀ। ਇਸ ਕਰਕੇ ਪਿਤਾ ਦਾ ਤਜ਼ਰਬਾ ਬੋਲਿਆ, ਪਿਤਾ ਨੇ ਕਿਹਾ ਪੁੱਤਰ ਕੋਈ ਗੱਲ ਨਹੀਂ, ਮੈਂ ਤੈਨੂੰ ਇਹ ਦੇ ਦੇਵਾਂਗਾ, ਤੁਹਾਡਾ ਹਿਸਾਬ ਚੁੱਕਦਾ ਕਰ ਦਾਂਗੇ, ਬਸ ਇੱਕ ਕੰਮ ਕਰੋ ਕਿ ਇਹ ਵਾਲਾ ਇਲਾਕਾ ਛੱਡ ਜਾਓ, ਅੱਗੇ ਚੱਲੀਏ, ਅੱਗੇ ਜਾ ਕੇ ਦੇਖਦੇ। ਜਦੋਂ ਉਹ ਇਲਾਕਾ ਛੱਡ ਕੇ ਅੱਗੇ ਚਲੇ ਗਏ, ਇਹਨੂੰ ਸਰਵਣ ਨੂੰ ਵੀ ਅਹਿਸਾਸ ਹੋ ਗਿਆ ਕਿ ਬੜੀ ਵੱਡੀ ਭੁੱਲ ਹੋਈ, ਬੜੀ ਵੱਡੀ ਗਲਤੀ ਕਰ ਦਿੱਤੀ ਮੈਂ, ਮਾਤਾ ਪਿਤਾ ਨੇ ਮੇਰੀ ਸੰਭਾਲ ਕੀਤੀ ਸੀ ਜਦ ਮੈਂ ਬੱਚਾ ਸੀ, ਅੱਜ ਮੇਰੇ ਮਾਤਾ ਪਿਤਾ ਜਿਹੜੇ ਆ ਬਿਰਧ ਹੋ ਗਏ ਆ, ਅੱਜ ਉਹਨਾਂ ਦੀ ਸੰਭਾਲ ਕਰਨਾ ਇਹ ਕੋਈ ਨੌਕਰੀ ਨਹੀਂ ਹੈ ਜਿਹਦਾ ਤਨਖਾਹ ਲਈ ਜਾਏ, ਇਹ ਤਾਂ ਮੇਰਾ ਧਰਮ ਹੈ, ਫਰਜ਼ ਹੈ, ਔਰ ਇਸ ਫਰਜ਼ ਨੂੰ ਮੈਂ ਪੂਰਾ ਕਰਦਾ। ਔਰ ਫਿਰ ਉਸਨੇ ਮਾਫ਼ੀ ਮੰਗੀ ਤੇ ਉਹਦੇ ਪਿਤਾ ਨੇ ਕਹਿ ਦਿੱਤਾ ਸੀ ਪੁੱਤਰ ਤੇਰਾ ਕੋਈ ਕਸੂਰ ਨਹੀਂ ਸੀ, ਅਸੀਂ ਸਮਝ ਗਏ ਸੀ, ਜਿਸ ਜਗ੍ਹਾ ਤੇ ਰੁਕੇ ਸੀ ਉੱਥੋਂ ਦਾ ਪ੍ਰਭਾਵ ਹੀ ਐਸਾ ਸੀ, ਉੱਥੋਂ ਦਾ ਪ੍ਰਭਾਵ ਸੀ, ਉਹ ਪ੍ਰਭਾਵ ਪਿਆ। ਮੈਂ ਅਰਜ਼ ਕਰਾਂ, ਇਹ ਮੈਂ ਸਾਈਕੋਲੋਜੀ ਦੇ ਵਿੱਚ ਵੀ ਆਮ ਹੀ ਪੜ੍ਹਾਉਂਦਾ ਰਿਹਾ ਬੱਚਿਆਂ ਨੂੰ, ਜੈਸਾ ਮਾਹੌਲ ਹੋਵੇਗਾ ਉਸ ਮਾਹੌਲ ਦਾ ਪ੍ਰਭਾਵ ਹੈ ਜਿਹੜਾ ਉਹ ਸੁਭਾਵਕ ਪਵੇਗਾ, ਸੁਭਾਵਕ ਪਵੇਗਾ। ਜਿੱਥੇ ਸਾਰੇ ਦੇ ਸਾਰੇ ਲੋਕ ਮਿਹਨਤੀ ਹੋਣਗੇ ਉੱਥੇ ਨਿਕੰਮਾ ਬੰਦਾ ਆ ਕੇ ਵੀ ਮਿਹਨਤੀ ਬਣ ਜਾਂਦਾ ਹੈ, ਮਿਹਨਤੀ ਬਣ ਜਾਂਦਾ ਹੈ, ਪਰ ਜਿਸ ਜਗ੍ਹਾ ਤੇ ਸਾਰੇ ਦੇ ਸਾਰੇ ਨਿਕੰਮੇ ਤੇ ਵਿਹਲੜ ਬੈਠੇ ਹੋਣਗੇ ਉੱਥੇ ਜਾ ਕੇ ਮਿਹਨਤੀ ਬੰਦਾ ਵੀ ਇੱਕ ਦਿਨ ਉਹਨਾਂ ਵਰਗਾ ਹੀ ਹੋ ਜਾਏਗਾ, ਉਹਨਾਂ ਵਰਗਾ ਹੀ ਪ੍ਰਭਾਵ ਕਬੂਲ ਲਏਗਾ, ਕਬੂਲ ਲਏਗਾ। ਜਿੱਥੇ ਸਾਰੇ ਲੜਨ ਝਗੜਨ ਵਾਲੇ ਤੇ ਹੰਕਾਰੀ ਰਹਿੰਦੇ ਹੈ ਉਹਨਾਂ ਦੇ ਵਿੱਚ ਫਿਰ ਸੰਤ ਹੈ ਜਿਹੜਾ ਉਹ ਕਿੰਨੇ ਕੁ ਦਿਨ ਕੱਟੇਗਾ ਜਾਂ ਭੱਜ ਜਾਏਗਾ ਜਾਂ ਉਹਨਾਂ ਵਰਗਾ ਹੋ ਜਾਏਗਾ। ਆ ਤੁਸੀਂ ਸਿਆਸਤ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਭੇਜਦੇ,
ਜਦੋਂ ਤੁਸੀਂ ਉਹਨਾਂ ਨੂੰ ਵੋਟਾਂ ਦੇ ਕੇ ਭੇਜਦੇ ਹੋ ਤੇ ਇਹੀ ਸੋਚ ਕੇ ਵੋਟਾਂ ਦਿੰਦੇ ਹੋ ਇਹ ਚੰਗੇ ਹੋਣਗੇ, ਇਹ ਚੰਗੇ ਨੇ, ਇਹ ਚੰਗੇ ਨੂੰ ਵੋਟ ਪਾਓ। ਕਦੇ ਕਿਸੇ ਨੇ ਕਿਸੇ ਮਾੜੇ ਨੂੰ ਵੋਟ ਨਹੀਂ ਪਾਈ, ਪਰ ਉਹ ਜਿਹੜੇ ਚੰਗਿਆਂ ਨੂੰ ਵੋਟ ਪਾਉਂਦੇ ਹੋ ਤੁਸੀਂ ਦੱਸ ਦਿਓ, ਜਦੋਂ ਉਹ ਪਾਰਲੀਮੈਂਟ 'ਚ ਪਹੁੰਚ ਜਾਂਦੇ ਆ ਫਿਰ ਵੀ ਚੰਗੇ ਰਹਿੰਦੇ ਆ ਜਾਂ ਨਹੀਂ? ਪਹਿਲਾਂ ਉਹੀ ਜਿਹੜਾ, ਮਾਫ ਕਰਨਾ ਮੈਨੂੰ ਇਹ ਵੀ ਕਹਿ ਲੈਣ ਦੇਣਾ, ਮੇਰਾ ਤੇ ਇਹ ਬੜਾ ਵੱਡਾ ਤਜਰਬਾ ਹੈ, ਤੁਹਾਡਾ ਕਿੰਨਾ ਵੀ ਪੱਕਾ ਪਿਆਰਾ ਮਿੱਤਰ ਕਿਉਂ ਨਾ ਹੋਵੇ, ਇੱਕ ਵਾਰ ਉਹਦੇ ਹੱਥ ਕੋਈ ਅਹੁਦਾ ਲੱਗ ਲੈਣ ਦੋ, ਉਦੋਂ ਬਾਅਦ ਉਹ ਤੁਹਾਨੂੰ ਹੀ ਨਹੀਂ ਪਛਾਣੇਗਾ, ਤੁਹਾਡੀ ਨਹੀਂ ਸੁਣੇਗਾ। ਆ ਮੈਂ ਕਈ ਵਾਰ ਕੁਛ ਮਿੱਤਰਾਂ ਨੂੰ ਇੱਕ ਚੀਜ਼ ਕਹਿੰਦਾ ਹੁੰਦਾ ਹੈ, ਹੁਣ ਤੇ ਤਜਰਬਾ ਹੋ ਗਿਆ, ਕਹਿੰਦਾ ਸੀ ਫਲਾਣੇ ਗੁਰਦੁਆਰੇ ਦਾ ਪ੍ਰਬੰਧਕ ਤੁਹਾਡਾ ਮਿੱਤਰ ਹੈ, ਉਹਨੂੰ ਕਹਿ ਦਿਓ ਤੁਸੀਂ ਕਿ ਮਿੱਤਰ ਨੂੰ ਕਿ ਸਾਨੂੰ ਉੱਥੇ ਥੋੜਾ ਟਾਈਮ ਮਿਲ ਜਾਏ ਕਥਾ। ਅਗਲੇ ਨੇ ਕਹਿਣਾ ਨਹੀਂ, ਮਿੱਤਰ ਉਦੋਂ ਤੱਕ ਹੀ ਸੀ ਜਦੋਂ ਤਾਈਂ ਗੁਰੂ ਘਰ ਦਾ ਪ੍ਰਬੰਧਕ ਨਹੀਂ ਬਣਿਆ ਸੀ, ਅੱਜ ਬਣ ਗਿਆ, ਹੁਣ ਨਹੀਂ ਸੁਣਦਾ, ਹੁਣ ਨਹੀਂ ਸੁਣਦਾ। ਐਸੀ ਅਵਸਥਾ ਮੇਰੇ ਨਾਲ ਤੇ ਬਹੁਤਾਤ ਗਿਣਤੀ ਚ ਹੋਈ। ਇਹ ਜਿਤਨੇ ਲੋਕ ਜਦੋਂ ਤਾਈਂ ਅਹੁਦਾ ਨਹੀਂ ਮਿਲਦਾ ਉਦੋਂ ਤੱਕ ਤੇ ਠੀਕ, ਜਦੋਂ ਅਹੁਦਾ ਮਿਲਿਆ ਫਿਰ ਉੱਥੋਂ ਦਾ ਜੋ ਮਾਹੌਲ ਹੈ ਉਸ ਮਾਹੌਲ ਦੇ ਵਿੱਚ ਢਲ ਗਏ, ਢਲ ਗਏ। ਔਰ ਮੈਂ ਤੇ ਆਮ ਹੀ ਕਹਿ ਦਿੰਦਾ ਹੁੰਦਾ, ਇੱਕ ਰਾਜਨੇਤਾ ਚੰਗਾ ਹੋ ਕੇ ਉੱਥੇ ਰਹਿ ਹੀ ਨਹੀਂ ਸਕਦਾ, ਜੇ ਤੇ ਉਸਨੇ ਰਾਜਨੀਤੀ 'ਚ ਰਹਿਣਾ ਹੈ ਜਿਸ ਤਰ੍ਹਾਂ ਦੇ ਪਹਿਲਾਂ, ਜਾਂ ਉਸੇ ਤਰ੍ਹਾਂ ਦਾ ਹੋਣਾ ਪਵੇਗਾ, ਜਾਂ ਫਿਰ ਰਾਜਨੀਤੀ ਨੂੰ ਹੱਥ ਜੋੜਨੇ ਪੈਣਗੇ। ਨਹੀਂ, ਮੈਂ ਇਸ ਕਾਲਖ ਦੇ ਵਿੱਚ ਨਹੀਂ ਰਹਿ ਸਕਦਾ, ਇਸ ਕਾਲਖ ਦੇ ਵਿੱਚ ਨਹੀਂ ਰਹਿ ਸਕਦਾ, ਕਿਉਂਕਿ ਇਹ ਤਾਂ ਕਾਜਲ ਕਿਹੜੀ ਕੋਠੜੀ ਹੈ, ਜਿਸ ਦਾ ਜ਼ਿਕਰ ਕਬੀਰ ਸਾਹਿਬ ਵੀ ਕੀਤਾ ਹੈ, ਇਹ ਜਗ ਕਾਜਲ ਕਿਹੜੀ ਕੋਠੜੀ, ਅੰਧ ਪਰੇ ਤੇ ਸਮਾਏ, ਔਰ ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਜਦੋਂ ਤਾਈਂ ਗੁਰੂ ਨਹੀਂ ਮਿਲਿਆ, ਬਾਹਰ ਦੇ ਪ੍ਰਭਾਵ ਨੇ ਇਨਸਾਨ ਨੂੰ ਵੈਸਾ ਹੀ ਬਣਾ ਦਿੱਤਾ ਹੈ ਜੈਸਾ ਦੂਸਰਿਆਂ ਤੋਂ ਪ੍ਰਭਾਵ ਲਿਆ, ਦੂਸਰਿਆਂ ਤੋਂ ਪ੍ਰਭਾਵ। ਮਾਫ਼ ਕਰਨਾ, ਸੱਚ ਤੇ ਇਹ ਹੈ, ਇੱਕ ਨਿੱਕਾ ਜਿਹਾ ਬੱਚਾ ਜਦੋਂ ਪੈਦਾ ਹੁੰਦਾ ਹੈ ਉਦੋਂ ਉਹਦੇ ਕੋਲ ਕੋਈ ਚਲਾਕੀ, ਕੋਈ ਬੇਈਮਾਨੀ, ਕੋਈ ਈਰਖਾ ਨਹੀਂ ਹੁੰਦੀ, ਬਸ ਉਹਦੇ ਕੋਲ ਮੁਸਕਰਾਹਟ ਹੀ ਹੁੰਦੀ ਹੈ, ਉਹਦੇ ਕੋਲ ਕਿਲਕਾਰੀਆਂ ਹੀ ਹੁੰਦੀਆਂ, ਉਹਦੇ ਕੋਲ ਬੇਪਰਵਾਹੀ ਹੁੰਦੀ ਹੈ। ਪਰ ਜਿਉਂ ਜਿਉਂ ਉਹ ਬੱਚਾ ਵੱਡਾ ਹੁੰਦਾ ਜਾਂਦਾ ਹੈ ਅਸੀਂ ਸਭ ਕੁਝ ਉਹਨੂੰ ਸਿਖਾ ਦਿੰਦੇ ਹਾਂ, ਅਤੇ ਜਿਹੜੇ ਬੱਚੇ ਨੂੰ ਇੱਕ ਸਮੇਂ ਕਹਿੰਦੇ ਸੀ ਇਹ ਬੱਚਾ ਰੱਬ ਦਾ ਰੂਪ ਹੈ, ਰੱਬ ਦਾ ਰੂਪ ਹੈ, ਉਹ ਹੀ ਜਦੋਂ ਵੱਡਾ ਹੁੰਦਾ ਫਿਰ ਕਹਿੰਦੇ ਆ ਰੱਬਾ ਇਹ ਸਾਡੇ ਮੱਥੇ ਕਿਉਂ ਮਾਰਿਆ, ਫਿਰ ਉਹ ਸਾਡੇ ਤੋਂ ਵੀ ਅੱਗੇ ਚਲੇ ਜਾਂਦਾ, ਕਿਉਂਕਿ ਪ੍ਰਭਾਵ ਬਾਹਰੋਂ ਹੀ ਲਏ, ਬਾਹਰੋਂ ਹੀ ਲਏ। ਮੈਂ ਫਿਰ ਅਰਜ਼ ਕਰਾਂ, ਜੈਸੀ ਸੰਗਤ ਮਿਲੇਗੀ ਵੈਸੀ ਰੰਗਤ ਹੋ ਜਾਏਗੀ। ਇਸੇ ਕਰਕੇ ਹੀ ਇੱਥੇ ਸਤਿਗੁਰੂ ਅਰਦਾਸ ਕਰਦੇ ਹੈ ਤੇ ਸਾਧੂ, ਤੇ ਦਾ ਮਤਲਬ ਉਹ, ਤੇ ਸਾਧੂ ਹਰ ਮੇਲੋ ਸਵਾਮੀ, ਐ ਮੇਰੇ ਪਰਮਾਤਮਾ ਜੇ ਮੇਰੇ ਤੇ ਤੇਰੀ ਕਿਰਪਾ ਹੈ, ਜੇ ਮੇਰੇ ਤੇ ਤੂੰ ਰਹਿਮਤ ਕਰਨੀ ਹੈ
ਬਸ ਮੇਰੇ ਤੇ ਇੱਕ ਹੀ ਰਹਿਮਤ ਕਰ, ਮੈਨੂੰ ਐਸੇ ਸਾਧੂਆਂ ਦੀ ਸੰਗਤ ਦੇ ਦੇਵੋ, ਐਸੇ ਮੈਨੂੰ ਚੰਗੇ ਤੇ ਨੇਕ ਇਨਸਾਨਾਂ ਦੇ ਨਾਲ ਮਿਲਾ ਦੇਵੋ, ਜਿਨ ਜਪਿਆਂ ਗਤ ਹੋਏ ਹਮਾਰੀ, ਜਿਨ੍ਹਾਂ ਦੇ ਜਪਿਆਂ ਜਿਨ੍ਹਾਂ ਦੀ ਸੰਗਤ ਕੀਤਿਆਂ ਸਾਡਾ ਵੀ ਸੁਧਾਰ ਹੋ ਜਾਵੇ। ਸ਼ਾਇਦ ਮੈਂ ਪਹਿਲਾਂ ਵੀ ਇੱਕ ਵਾਰ ਆਪ ਜੀ ਨੂੰ ਆਪਣੇ ਜੀਵਨ ਦੀ ਹੱਡ ਬੀਤੀ ਦੱਸੀ ਹੋਵੇਗੀ, ਨਹੀਂ ਦੱਸੀ ਤੇ ਮੈਂ ਦੁਬਾਰਾ ਦੱਸ ਦਿੰਦਾ। ਇਸ ਤਰ੍ਹਾਂ ਚੰਗੇ ਇਨਸਾਨ ਮਿਲ ਜਾਣ ਤੇ ਤੁਹਾਡਾ ਜੀਵਨ ਪਲਟ ਜਾਂਦਾ। ਗੱਲ ਕੋਈ 88 ਦੇ ਆਸ ਪਾਸ ਦੀ ਹੈ। ਉਹਨਾਂ ਦਿਨਾਂ ਦੇ ਵਿੱਚ ਤਰਨ ਤਾਰਨ ਇਲਾਕੇ ਦੇ ਵਿੱਚ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਸੀ, ਬਹੁਤ ਹੀ ਜ਼ਿਆਦਾ ਖਰਾਬ। ਨੌਜਵਾਨਾਂ ਦੇ ਹੱਥਾਂ ਦੇ ਵਿੱਚ ਬੰਦੂਕਾਂ ਸਨ ਔਰ ਪੁਲਿਸ ਦੇ ਹੱਥ 'ਚ ਵੀ ਬੰਦੂਕਾਂ ਸਨ। ਇੱਕ ਦੂਜੇ ਤੇ ਬਸ ਗੋਲੀਆਂ ਚਲਾਉਣਾ ਤੇ ਖਤਮ ਕਰਨਾ, ਤੁਸੀਂ ਸਾਰੀ ਉਮਰ ਦਰਾਜ ਹੋ, ਉਸ ਸਮੇਂ ਦੇ ਹਾਲਾਤਾਂ ਦਾ ਪਤਾ ਹੈ। ਔਰ ਜੋ ਨੌਜਵਾਨ ਮਨ ਹੁੰਦਾ ਹੈ ਉਹ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਜਲਦੀ ਹੋ ਜਾਂਦਾ ਹੈ, ਕਿਉਂਕਿ ਉਸਨੂੰ ਆਉਣ ਵਾਲੇ ਸਮੇਂ ਦੇ ਜਿਹੜੇ ਹੈ ਉਹ ਹਾਲਾਤਾਂ ਦਾ ਅੱਗੇ ਪਤਾ ਨਹੀਂ ਹੁੰਦਾ ਕੀ ਹੁੰਦਾ, ਕਿਉਂਕਿ ਉਦੋਂ ਜੋਸ਼ ਹੁੰਦਾ, ਹੋਸ਼ ਨਹੀਂ ਹੁੰਦਾ, ਜੋਸ਼ ਹੁੰਦਾ। ਇਸੇ ਕਰਕੇ ਆ ਕਈ ਵਾਰ ਤੁਸੀਂ ਦੇਖਦੇ ਹੋ ਜਿਹੜੇ ਨੌਜਵਾਨ ਮੁੰਡੇ ਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਨੂੰ ਥ੍ਰਿਲਿੰਗ ਚਾਹੀਦੀ ਹੈ। ਥ੍ਰਿਲਿੰਗ ਦੇ ਵਾਸਤੇ ਉਹ ਗੱਡੀਆਂ ਉਹ ਲੈਂਦੇ ਆ ਜਿਹੜੀਆਂ ਹਾਈ ਸਪੀਡ ਦੀਆਂ ਹੋਣ, ਗੱਡੀਆਂ ਉਹ ਲੈਂਦੇ ਆ ਜਿਹੜੀਆਂ ਲੰਡੀਆਂ ਹੋਣ। ਉਹਨਾਂ ਲਈ ਸੇਫਟੀ ਕੋਈ ਖਾਸ ਚੀਜ਼ ਨਹੀਂ ਹੁੰਦੀ, ਉਹਨਾਂ ਲਈ ਥ੍ਰਿਲਿੰਗ ਜ਼ਿਆਦਾ ਹੁੰਦੀ। ਜਿਉਂ ਜਿਉਂ ਬੰਦੇ ਦੀ ਉਮਰ ਵੱਧਦੀ ਜਾਂਦੀ ਹੈ ਥ੍ਰਿਲਿੰਗ ਘੱਟਦੀ ਜਾਂਦੀ ਹੈ, ਸੇਫਟੀ ਦੀ ਜ਼ਿਆਦਾ ਪ੍ਰਾਇਓਰਟੀ ਹੁੰਦੀ ਜਾਂਦੀ, ਸੇਫਟੀ ਲਈ ਪ੍ਰਾਇਓਰਟੀ। ਉਸ ਉਮਰ ਦੇ ਵਿੱਚ ਇਹੀ ਸੀ, ਥ੍ਰਿਲਿੰਗ ਦਾ ਬੜਾ ਸ਼ੌਂਕ ਕਿ ਸਾਡੇ ਹੱਥ 'ਚ ਵੀ AK-47 ਹੋਵੇ। ਮੈਂ ਆਪਣੇ ਸਾਥੀਆਂ ਨੂੰ ਪੁੱਛਿਆ ਇਹ ਮਿਲਦੀਆਂ ਕਿੱਥੋਂ, ਇਹ ਖਾੜਕੂ ਬਣਨਾ ਹੋਵੇ, ਕਹਿੰਦੇ ਇਹ ਲੈਣੀਆਂ ਕੋਈ ਔਖਾ ਨਹੀਂ, ਜੇ ਇਹ ਲੈਣੀ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਚਲੇ ਜਾਓ, ਉੱਥੋਂ ਮਿਲਦੀਆਂ। ਘਰੋਂ ਮੈਂ ਸਕੂਲ ਗਿਆ ਇਸ ਕੁ ਵੇਲੇ ਸਵੇਰੇ 8-9 ਵਜੇ, ਕਿਰਾਇਆ ਕੋਈ ਲੱਗਦਾ ਨਹੀਂ ਸੀ, ਬੱਸ ਦੀ ਉੱਪਰਲੀ ਛੱਤ ਸਟੂਡੈਂਟਸ ਦੇ ਵਾਸਤੇ ਰਿਜ਼ਰਵ ਹੁੰਦੀ ਸੀ, ਉੱਤੇ ਚੜ੍ਹ ਜਾਓ ਛੱਤ 'ਤੇ, ਹੇਠਾਂ ਅੰਦਰ 'ਤੇ ਕਿਤੇ ਹੀ ਵੜਨ ਦਿੰਦੇ ਸੀ, ਚਾਹੇ ਗਰਮੀ ਚਾਹੇ ਸਰਦੀ, ਉੱਪਰ ਛੱਤ 'ਤੇ ਚੱਲਣਾ। ਛੱਤ 'ਤੇ ਬੈਠੇ ਤੇ ਅੰਮ੍ਰਿਤਸਰ ਪਹੁੰਚ ਗਏ, ਕਰੀਬ 1.25 ਘੰਟੇ 'ਚ ਸਾਡੇ ਉੱਥੋਂ ਬੱਸ ਪਹੁੰਚਾ ਦਿੰਦੀ ਹੈ। ਦਰਬਾਰ ਸਾਹਿਬ ਚਲੇ ਗਏ, ਪਤਾ ਕੋਈ ਨਹੀਂ ਸੀ, ਬੰਦੂਕ ਵਾਲੇ ਭਾਵਾਂ ਨੂੰ ਉੱਥੇ ਲੱਭ ਰਿਹਾ ਸੀ। ਅਗਲੇ ਪਾਸਿਓਂ ਦੇਖਿਆ ਤੇ ਇੱਕ ਬਾਬਾ ਜੀ ਨਾਲ 5 ਸੰਤ ਹੋਰ ਸਿੰਘ ਚੱਲਦੇ ਆਉਣ, ਜਿਹੜਾ ਵੀ ਕੋਈ ਮਿਲੇ ਫਤਿਹ ਬੁਲਾ ਦੇਵੇ। ਕੱਪੜੇ ਵੀ ਬੜੇ ਐਂ ਸਾਫ ਸੁਥਰੇ ਪਾਏ ਹੋਏ, ਔਰ ਮੈਨੂੰ ਲੱਗਾ ਕਿ ਇਹੀ ਖਾੜਕੂਆਂ ਦੇ ਮੁਖੀ, ਮੈਂ ਜਾ ਉਹਨਾਂ ਨੂੰ ਫਤਿਹ ਬੁਲਾਈ। ਔਰ ਫਤਿਹ ਬੁਲਾਉਂਦਿਆਂ ਹੀ ਮਨ ਦੀ ਮਨਸ਼ਾ ਸਭ ਦੇ ਸਾਹਮਣੇ ਜ਼ਾਹਰ ਕਰ ਦਿੱਤੀ, ਬਾਬਾ ਜੀ ਮੈਂ ਖਾੜਕੂ ਬਣਨ ਆਇਆ ਹੈ, ਆਪਣੇ ਨਾਲ ਰੱਖ ਲਓ। ਉਹ ਵੀ ਬਾਬਾ ਅੱਗੋਂ ਬਾਂਹ ਪਕੜ ਲਈ,
ਕਹਿੰਦਾ ਇੱਥੇ ਨਹੀਂ ਕਮਰੇ 'ਚ ਜਾ ਕੇ ਗੱਲ ਕਰਦੇ ਹਾਂ। ਕਮਰੇ 'ਚ ਲੈ ਗਏ, ਪਹਿਲਾਂ ਕਹਿੰਦੇ ਮੂਰਖਾ ਜੋ ਸਭ ਦੇ ਸਾਹਮਣੇ ਦੱਸਿਆ ਹੀ, ਹੁਣ ਜੇ ਬਾਹਰ ਨਿਕਲਿਆ ਪੁਲਿਸ ਵਾਲਿਆਂ ਗੋਲੀ ਮਾਰ ਦੇਣੀ, ਉਹ CID ਵਾਲਿਆਂ ਸਾਰਾ ਹੀ ਸੁਣ ਲਏ, ਡਰਾਇਆ, ਹੁਣ ਸਾਨੂੰ ਛੱਡ ਕੇ ਨਾ ਜਾ। ਅਤੇ ਮੈਂ ਕਿਹਾ ਮੈਂ ਜੇ ਛੱਡ ਕੇ ਜਾਣਾ ਹੁੰਦਾ ਆਉਂਦਾ ਹੀ ਕਿਉਂ, ਮੈਂ ਤਾਂ ਆਇਆ ਹੀ ਇਸੇ ਕੰਮ ਲਈ, ਛੱਡ ਕੇ ਨਹੀਂ ਜਾਣ ਵਾਲਾ, ਬਸ ਤੁਸੀਂ ਮੈਨੂੰ AK-47 ਕੱਢ ਕੇ ਦਿਓ। ਅਗਲੇ ਦਿਨ ਉਹਨਾਂ ਨੇ ਕਥਾ ਕੀਤੀ, ਮੈਂ ਹੈਰਾਨ ਸੀ ਕਿ ਖਾੜਕੂ ਸਿੰਘ ਵੀ ਕਥਾ ਕਰ ਲੈਂਦੇ ਆ, ਕਿਉਂਕਿ ਮੈਨੂੰ ਤਾਂ ਇਹੀ ਪਤਾ ਸੀ ਕਿ ਉਹ ਤਾਂ ਬਸ ਬੰਦੂਕ ਚਲਾਉਣੀ ਜਾਣਦੇ। ਮੈਂ ਸਾਥੀਆਂ ਤੋਂ ਪੁੱਛਿਆ ਇਹ ਬਾਬੇ ਦਾ ਨਾਮ ਕੀ ਹੈ, ਕਹਿੰਦੇ ਕੱਲ੍ਹ ਦਾ ਨਾਲ ਤੁਰਿਆ ਫਿਰਦਾ, ਨਾਮ ਦਾ ਨਹੀਂ ਪਤਾ। ਮੈਂ ਕਿਹਾ ਮੈਨੂੰ ਕੋਈ ਪਤਾ ਨਹੀਂ, ਮੈਂ ਤਾਂ ਉੱਥੋਂ ਪਰਿਕਰਮਾ 'ਚੋਂ ਆ ਗਿਆ। ਕਹਿੰਦੇ ਇਹ ਮਸਕੀਨ ਜੀ ਹੈ। ਮੈਂ ਕਿਹਾ ਮਸਕੀਨ ਕੌਣ ਹੁੰਦਾ, ਕੋਈ ਪਤਾ ਨਹੀਂ। ਪਰ ਉਦੋਂ ਬਾਅਦ ਕਥਾ ਸੁਣੀ ਤੇ ਮਨ ਦਾ ਵਿਚਾਰ ਬਦਲ ਗਿਆ। ਆਪ ਹੀ ਮੂੰਹੋਂ ਕਹਿਤਾ, ਬਾਬਾ ਜੀ ਬੰਦੂਕ ਭਾਵੇਂ ਨਾ ਦਿਓ, ਪਟਸਾ ਕਥਾ ਸਿਖਾ ਦਿਓ, ਕਥਾ ਸਿਖਾ ਦਿਓ। ਬਾਬਾ ਕਹਿੰਦਾ ਠੀਕ ਹੈ। ਗੱਲ ਕੀ, ਉਸ ਤੋਂ ਬਾਅਦ ਸਾਂਝ ਬਣ ਗਈ, ਉਹ ਮਿਲ ਗਏ, ਚੰਗੇ ਇਨਸਾਨ ਮਿਲ ਗਏ ਅਤੇ ਅੱਜ ਤੱਕ ਚੱਲ ਰਹੇ ਹਾਂ। ਜੇ ਕੋਈ ਬੰਦੂਕ ਵਾਲਾ ਮਿਲ ਜਾਂਦਾ ਤਾਂ ਪਤਾ ਨਹੀਂ ਕਦੋਂ ਦੇ ਕਿੱਥੇ ਗਏ ਹੁੰਦੇ। ਗੱਲ ਕੀ ਹੈ, ਇਹ ਪਰਮਾਤਮਾ ਦੀ ਕਿਰਪਾ ਹੀ ਸੀ, ਆਪਣੇ ਵੱਲੋਂ ਤਾਂ ਉੱਧਰ ਗਏ ਹੀ ਨਹੀਂ ਸੀ, ਆਪਣੇ ਵੱਲੋਂ ਤਾਂ ਗਏ ਹੀ ਨਹੀਂ ਸੀ, ਇਹ ਤਾਂ ਪਰਮਾਤਮਾ ਲੈ ਗਿਆ। ਉਹਨਾਂ ਦੇ ਨਾਲ ਮਿਲਾਪ ਕੋਈ ਆਪ ਥੋੜ੍ਹਾ ਜਾ ਕੇ ਕੀਤਾ ਸੀ। ਸਾਹਿਬ ਕਹਿੰਦੇ ਨੇ ਕਿ ਜੇ ਤੇ ਸਾਧੂ ਹਰ ਮੇਲੋ ਸਵਾਮੀ, ਜਿਣ ਜਪਿਆ ਗਤ ਹੋਏ ਹਮਾਰੀ, ਇਹ ਪਰਮਾਤਮਾ ਤੂੰ ਹੀ ਕਿਰਪਾ ਕਰਕੇ ਮਿਲ ਸਕਦਾ। ਜਦੋਂ ਕਿਤੇ ਭਾਈ ਜੇਠਾ ਜੀ ਬਾਸਰ ਕੇ ਪਿੰਡ ਦੇ ਵਿੱਚ ਘੁੰਮਣੀਆਂ ਵੇਚਦੇ ਸਨ ਤੇ ਭਾਈ ਜੇਠਾ ਜੀ ਨੇ ਕੋਈ ਗੁਰੂ ਅਮਰਦਾਸ ਜੀ ਨੂੰ ਆਪ ਥੋੜ੍ਹਾ ਲੱਭਿਆ ਸੀ, ਨਹੀਂ, ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਲੱਭਿਆ ਸੀ, ਭਾਈ ਜੇਠਾ ਜੀ ਨੂੰ ਉਹਨਾਂ ਲੱਭਿਆ ਸੀ। ਸਤਿਗੁਰੂ ਆ ਰਹੇ ਸਨ, ਹਿਰਦੇ ਦੇ ਵਿੱਚ ਤਰਸ ਸੀ, ਹਿਰਦੇ ਦੇ ਵਿੱਚ ਰਹਿਮਤ ਸੀ, ਉਸੇ ਹਿਰਦੇ ਦੀ ਰਹਿਮਤ ਹਿਰਦੇ ਦੇ ਤਰਸ ਕਰਕੇ ਜਦ ਇੱਕ ਛੋਟੇ ਜਿਹੇ ਬੱਚੇ ਨੂੰ ਜ਼ਿੰਦਗੀ ਦੇ ਵੱਡੇ ਸੰਘਰਸ਼ ਕਰਦਿਆਂ ਵੇਖਿਆ, ਜਾ ਕੇ ਉਸ ਬੱਚੇ ਨੂੰ ਆਪ ਹੀ ਗਲਵੱਕੜੀ ਦੇ ਵਿੱਚ ਲਈ, ਐਸਾ ਗਲਵੱਕੜੀ 'ਚ ਲਿਆ ਕਿ ਉਸੇ ਬੱਚੇ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਉਹੀ ਬੱਚਾ ਜਿਹੜਾ ਕਦੇ ਦੋ ਰੋਟੀਆਂ ਦੀ ਖਾਤਰ ਸਾਰਾ ਦਿਨ ਗਲੀਆਂ ਦੀ ਖਾਕ ਛਾਣਦਾ ਰਹਿੰਦਾ ਸੀ ਤੇ ਕੋਈ ਘੁੰਮਣੀਆਂ ਖਰੀਦਦਾ ਨਹੀਂ ਸੀ, ਜਦੋਂ ਉਸੇ ਬੱਚੇ ਨੂੰ ਗੁਰੂ ਦੀ ਗਲਵੱਕੜੀ ਮਿਲ ਗਈ, ਉਹੀ ਬੱਚਾ ਜਿਹੜਾ ਗੁਰੂ ਰਾਮਦਾਸ ਸਾਹਿਬ ਬਣ ਗਿਆ। ਸਤਿਗੁਰੂ ਆਪ ਹੀ ਕਹਿੰਦੇ ਨੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਹਰ ਜਾਨੋ ਤੁਮ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾ। ਇਹ ਪਰਮਾਤਮਾ ਜੋ ਮੇਰੀ ਹਾਲਤ ਹੋਣੀ ਸੀ ਤੁਸੀਂ ਤੇ ਉਹ ਹਾਲਤ ਸਾਰੀ ਜਾਣ ਰਹੇ, ਤੁਹਾਨੂੰ ਤੇ ਪਤਾ ਹੈ, ਤੁਹਾਨੂੰ ਮੈਂ ਕੀ ਦੱਸ ਸਕਦਾ, ਇਹ ਤੇ ਤੁਹਾਡੀ ਬਖਸ਼ਿਸ਼ ਹੋਈ ਹੈ, ਤੁਸੀਂ ਨਾਲ ਮਿਲਾ ਲਿਆ। ਇਹ ਕਿਸ ਤਰ੍ਹਾਂ ਹੁੰਦਾ ਹੈ, ਮੈਂ ਇੱਕ ਹੋਰ ਉਦਾਹਰਨ ਦੇ ਦਿੰਦਾ ਛੋਟੀ ਜੀ। ਕਈ ਵਾਰ
ਨਦੀ ਦੇ ਵਿੱਚ ਬਾੜ ਆਉਂਦੀ ਹੈ। ਫਿਰ ਉਸ ਤੋਂ ਬਾਅਦ ਕੁਛ ਪਾਣੀ ਹੁੰਦਾ ਹੈ ਜਿਹੜਾ ਇੱਕ ਛੱਪੜੀ ਦੇ ਰੂਪ ਵਿੱਚ ਇਕੱਠਾ ਹੋ ਜਾਂਦਾ ਹੈ, ਛੱਪੜੀ ਦੇ ਰੂਪ ਵਿੱਚ ਛੋਟੀ ਜਿਹੀ ਛੱਪੜੀ ਬਣਦੀ। ਹੁਣ ਉਹ ਛੱਪੜੀ ਚਾਹੇ ਕਿ ਮੈਂ ਫੇਰ ਨਦੀ ਨੂੰ ਮਿਲ ਜਾਵਾਂ, ਨਹੀਂ ਮਿਲ ਸਕਦੀ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਇੱਕ ਛੱਪੜੀ ਨਦੀ ਨੂੰ ਮਿਲਣਾ ਚਾਹੇ, ਨਹੀਂ ਮਿਲ ਸਕਦੀ। ਪਰ ਫੇਰ ਦੁਬਾਰਾ ਬਾਰਿਸ਼ ਪੈਂਦੀ ਹੈ, ਫੇਰ ਦੁਬਾਰਾ ਬਾੜ ਆਉਂਦੀ ਹੈ, ਤੇ ਉਹ ਨਦੀ ਦੀ ਬਾੜ ਫੇਰ ਉਸਨੂੰ ਆਪਣੇ ਨਾਲ ਮਿਲਾ ਲੈਂਦੀ। ਇਹ ਤੇ ਨਦੀ ਦਾ ਹੀ ਰਹਿਮ ਹੈ, ਛੱਪੜੀ ਦਾ ਤੇ ਕੋਈ ਰਹਿਮ ਨਹੀਂ। ਛੱਪੜੀ ਦੇ ਕੋਲ ਤੇ ਐਸਾ ਕੁਛ ਵੀ ਨਹੀਂ। ਇਸੇ ਕਰਕੇ ਹੀ ਸਾਹਿਬ ਕਹਿੰਦੇ ਆ, ਤਿਨਕਾ ਦਰਸ ਦੇਖ ਮਨ ਵਿਕਸੈ, ਖਿਣ ਖਿਣ ਤਿਨ ਕੋ ਹਉ ਬਲਿਹਾਰੀ। ਜਦੋਂ ਐਸੇ ਸਤ ਪੁਰਸ਼, ਐਸੇ ਪ੍ਰਭੂ ਦੇ ਨਾਲ ਮਿਲੇ ਲੋਕ ਮਿਲਦੇ ਆ, ਪ੍ਰਭੂ ਦੇ ਨਾਲ ਮਿਲੇ ਲੋਕਾਂ ਨੂੰ ਮਿਲ ਕੇ ਹੀ ਜਿਹੜਾ ਮਨ ਸਤ ਸੰਗਤ ਦੇ ਨਾਲ ਜੁੜਦਾ ਹੈ, ਉਹਨਾਂ ਨੂੰ ਮਿਲਣ ਦੇ ਨਾਲ ਹੀ ਜੀਵਨ ਹੈ ਜਿਹੜਾ ਉਹ ਬਦਲਦਾ ਹੈ। ਔਰ ਐਸੇ ਲੋਕਾਂ ਨੂੰ ਮਿਲ ਕੇ ਜਿਨ੍ਹਾਂ ਦਾ ਮਨ ਖਿਲ ਜਾਏ, ਸਮਝ ਲੈਣਾ ਕਿ ਉਸ ਬੀਜ ਦੇ ਵਿੱਚ ਵੀ ਤਾਕਤ ਹੈ, ਕਿਉਂਕਿ ਜਿਹੜੇ ਕਿਸਾਨੀ ਦੇ ਨਾਲ ਸੰਬੰਧਿਤ ਹੈ ਉਹਨਾਂ ਨੂੰ ਪਤਾ ਹੋਏਗਾ ਬੀਜ ਤੰਦਰੁਸਤ ਚਾਹੀਦਾ ਹੀ ਚਾਹੀਦਾ। ਜੇ ਬੀਜ ਤੰਦਰੁਸਤ ਨਹੀਂ ਹੈ, ਬੀਜ ਚੰਗਾ ਨਹੀਂ ਹੈ, ਉਹ ਬੀਜ ਉੱਗੇਗਾ ਹੀ ਨਹੀਂ, ਉੱਗੇਗਾ ਹੀ ਨਹੀਂ। ਧਰਤੀ ਭਾਵੇਂ ਕਿੰਨੀ ਮਰਜ਼ੀ ਉਪਜਾਊ ਕਿਉਂ ਨਾ ਹੋਵੇ, ਜੇ ਦਾਲ ਦਲੀ ਹੋਵੇ ਤੇ ਦਲੀ ਦਾਲ ਨੂੰ ਜਿੰਨੀ ਮਰਜ਼ੀ ਜਰਖੇਜ਼ ਜ਼ਮੀਨ ਦੇ ਵਿੱਚ ਬੀਜ ਦੇਵੋ, ਨਹੀਂ ਉੱਗੇ, ਨਹੀਂ ਉੱਗੇ। ਪਰ ਹੁਣ ਬੀਜ ਤੇ ਬਹੁਤ ਕੀਮਤੀ ਹੈ, ਬੀਜ ਦੇ ਵਿੱਚ ਤੇ ਕੋਈ ਕਮੀ ਨਹੀਂ ਹੈ, ਪਰ ਧਰਤੀ ਹੈ ਜਿਹੜੀ, ਧਰਤੀ ਉਪਜਾਊ ਨਹੀਂ ਹੈ, ਧਰਤੀ ਹੀ ਖਰਾਬ ਹੈ। ਹੁਣ ਉਸ ਖਰਾਬ ਧਰਤੀ ਦੇ ਵਿੱਚ ਤੁਸੀਂ ਉਪਜਾਊ ਬੀਜ ਬੀਜੋ ਤਾਂ ਵੀ ਕੁਛ ਨਹੀਂ ਮਿਲੇਗਾ, ਤਾਂ ਵੀ ਕੁਛ ਨਹੀਂ ਮਿਲੇਗਾ। ਦੋਨਾਂ ਦਾ ਜਿਹੜਾ ਹੈ ਉਹ ਮੇਲ ਚਾਹੀਦਾ ਹੈ। ਜੈਸਾ ਤੁਹਾਡੇ ਕੋਲ ਬੀਜ ਹੈ ਵੈਸੀ ਧਰਤੀ ਵੀ ਚਾਹੀਦੀ ਹੈ, ਜੈਸੀ ਧਰਤੀ ਹੈ ਵੈਸਾ ਬੀਜ ਵੀ ਚਾਹੀਦਾ। ਦੋਨੋਂ ਹੀ ਜਿਹੜੇ ਆ ਉਪਜਾਊ ਹੋਣ ਤੇ ਗੱਲ ਬਣਦੀ ਹੈ, ਜੇ ਦੋਨੋਂ ਉਪਜਾਊ ਨਹੀਂ ਤੇ ਗੱਲ ਨਹੀਂ ਬਣੇਗੀ, ਨਹੀਂ ਬਣੇਗੀ। ਜਦੋਂ ਇੱਕ ਸਿੱਖ ਦਾ ਹਿਰਦਾ ਅਰਦਾਸ ਦੇ ਨਾਲ ਭਰ ਜਾਂਦਾ ਹੈ ਤੇ ਸਮਝ ਲੈਣਾ ਇਹ ਬੀਜ ਹੈ ਜਿਹੜਾ ਹੁਣ ਉੱਗਣ ਲਈ ਤਿਆਰ ਹੈ। ਹੁਣ ਤੇ ਇਸ ਬੀਜ ਨੂੰ ਮਾਹੌਲ ਮਿਲਣ ਦੀ ਲੋੜ ਹੈ। ਜਦੋਂ ਵੀ ਮਾਹੌਲ ਮਿਲ ਜਾਏਗਾ ਉਦੋਂ ਹੀ ਇਹ ਬੀਜ ਆਪਣੀਆਂ ਕਰੂੰਬਲਾਂ ਕੱਢ ਆਏਗਾ। ਇਸੇ ਤਰ੍ਹਾਂ ਹੀ ਜਿਵੇਂ ਇਹ ਸਾਡੇ ਕੈਨੇਡਾ ਦੀ ਬਨਸਪਤੀ, ਆ ਬਰਫਾਂ ਪੈਂਦੀਆਂ ਸੀ, ਕਿਤੇ ਕੋਈ ਪੱਤਾ ਨਜ਼ਰ ਨਹੀਂ ਆਉਂਦਾ ਸੀ, ਸਭ ਪਾਸੇ ਸੋਖਾ ਪਿਆ ਹੋਇਆ ਸੀ, ਸੁੱਕੇ ਸੁੱਕੇ ਸੁੱਕੇ। ਪਰ ਜਿਉਂ ਹੀ ਬਾਰਿਸ਼ਾਂ ਪਈਆਂ, ਮਾਹੌਲ ਮਿਲਿਆ, ਇਹ ਸਾਰੀ ਜਗ੍ਹਾ ਤੇ ਬਹਾਰ ਆ ਗਈ, ਸਾਰੀ ਜਗ੍ਹਾ ਤੇ ਬਨਸਪਤੀ ਹੈ ਜਿਹੜੀ ਉਹ ਮੌਲਣ ਲੱਗ ਗਈ, ਸਾਰੀ ਜਗ੍ਹਾ ਤੇ। ਆ ਪਹਿਲੇ ਮੈਂ ਤੇ ਸੋਚਦਾ ਸੀ, ਕੁਛ ਸਮਾਂ ਮੈਂ ਐਸੀ ਭੁਲੇਖੇ 'ਚ ਰਿਹਾ ਸੀ ਕਿ ਕੈਨੇਡਾ ਦੇ ਵਿੱਚ ਸ਼ਾਇਦ
ਇਨਸੈਕਟਸ ਹੁੰਦੇ ਹੀ ਨਹੀਂ, ਕੀੜੇ ਮਕੌੜੇ ਹੁੰਦੇ ਹੀ ਨਹੀਂ। ਕੁਛ ਸਮਾਂ ਮੈਨੂੰ ਇਸ ਤਰ੍ਹਾਂ ਲੱਗਦਾ ਸੀ। ਅੱਜ ਮੈਂ ਜਦੋਂ ਆ ਰਿਹਾ ਸੀ ਰੋਡ ਤੇ, ਹਜ਼ਾਰਾਂ ਹੀ ਸਨੇਲਸ ਨਿਕਲੇ ਹੋਏ ਸਨ ਉਹਦੇ ਵਿੱਚੋਂ, ਘਾਹ ਦੇ ਵਿੱਚ ਪੈਰ ਰੱਖਣਾ ਮੁਸ਼ਕਲ ਸੀ। ਇੰਨਾ ਚਿਰ ਬਰਫ਼ ਪਈ, ਉਹ ਛੁਪੇ ਰਹੇ ਛੁਪੇ ਰਹੇ। ਜਦੋਂ ਵੀ ਉਹਨਾਂ ਨੂੰ ਜਿਹੜਾ ਵਾ ਉਹ ਅਨੁਕੂਲ ਵਾਤਾਵਰਨ ਮਿਲਿਆ, ਉਦੋਂ ਉਹ ਸੈਰ ਤੇ ਨਿਕਲੇ, ਉਦੋਂ ਸੈਰ ਲਈ ਆ ਗਏ। ਇਸੇ ਤਰ੍ਹਾਂ ਹੀ ਇੱਕ ਹਿਰਦਾ ਜਿਸ ਦੇ ਵਿੱਚ ਉਸ ਪ੍ਰਭੂ ਦੀ ਜੋਤ ਪਈ ਹੋਈ ਹੈ, ਜਦੋਂ ਗੁਰੂ ਮਿਲ ਜਾਂਦਾ ਹੈ, ਉਹ ਜੋਤ ਉਸੇ ਵੇਲੇ ਪ੍ਰਗਟ ਹੋ ਜਾਂਦੀ ਹੈ। ਗੁਰੂ ਫਿਰ ਉਸੇ ਲਹਿਣੇ ਨੂੰ ਅੰਗਦ ਬਣਾ ਦਿੰਦੇ। ਫਿਰ ਬਾਬਾ ਅਮਰਦਾਸ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਆਸਰਿਆਂ ਦੇ ਆਸਰੇ, ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਸਾਹਿਬ ਬਣ ਜਾਂਦੇ ਹੈ ਜਦੋਂ ਇਹ ਹਿਰਦੇ ਦੇ ਅੰਦਰੋਂ ਜੋਤ ਪ੍ਰਗਟ ਹੋ ਜਾਂਦੀ। ਕਿਉਂਕਿ ਗੁਰੂ ਦਾ ਕਾਰਜ ਹੀ ਇਹ ਹੈ ਹਿਰਦੇ ਦੇ ਅੰਦਰੋਂ ਉਸ ਜੋਤ ਨੂੰ ਪ੍ਰਗਟ ਕਰਨਾ, ਔਰ ਸਤਿਗੁਰੂ ਪ੍ਰਗਟ ਕਰ ਦਿੰਦੇ ਨੇ, ਹਰ ਹਿਰਦੈ ਜਪ ਨਾਮ ਮੁਰਾਰੀ। ਇਸ ਲਈ ਤੇਰੇ ਹਿਰਦੇ ਦੇ ਅੰਦਰ ਜਿਹੜਾ ਪ੍ਰਭੂ ਰੂਪੀ ਬੀਜ ਹੈ, ਉਹ ਬੀਜ ਖਰਾਬ ਨਾ ਹੋਵੇ, ਉਹ ਬੀਜ ਬਰਬਾਦ ਨਾ ਹੋਵੇ। ਉਸ ਬੀਜ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਤੁਸੀਂ ਦੇਖਦੇ ਹੋ, ਸਿਆਣੇ ਸੈਂਟਿਸਟ ਇੱਕ ਬੀਜ ਨੂੰ ਪ੍ਰਜ਼ਰਵ ਕਰ ਲੈਂਦੇ, ਪ੍ਰਜ਼ਰਵ ਕਰਕੇ ਰੱਖ ਲੈਂਦੇ। ਪਹਿਲੇ ਤੇ ਬੀਜ ਪ੍ਰਜ਼ਰਵ ਹੁੰਦੇ ਸੀ, ਹੁਣ ਤੇ ਇੱਥੋਂ ਤੱਕ ਮੈਨੂੰ ਕਹਿ ਲੈਣ ਦੇਣਾ, ਔਰਗਨਸ ਵੀ ਪ੍ਰਜ਼ਰਵ ਹੁੰਦੇ ਆ। ਬੰਦੇ ਦਾ ਖੂਨ ਕੱਢ ਕੇ ਕਈ ਕਈ ਦਿਨਾਂ ਤੱਕ ਉਹਨੂੰ ਪ੍ਰਜ਼ਰਵ ਕਰਕੇ ਰੱਖ ਲੈਂਦੇ। ਮੁਰਦੇ ਦੀਆਂ ਅੱਖਾਂ ਕੱਢ ਕੇ ਉਹਨਾਂ ਨੂੰ ਪ੍ਰਜ਼ਰਵ ਕਰਕੇ ਕਈ ਕਈ ਦਿਨਾਂ ਲਈ ਰੱਖ ਲੈਂਦੇ। ਹੁਣ ਬੀਜ ਤੇ ਚੰਗਾ ਹੈ, ਪ੍ਰਜ਼ਰਵ ਹੀ ਨਹੀਂ ਕੀਤਾ, ਉਹ ਵੀ ਬੀਜ ਖਤਮ ਹੋ ਗਿਆ। ਇਸੇ ਤਰ੍ਹਾਂ ਹੀ ਜਿਵੇਂ ਮਨੁੱਖ ਦਾ ਖੂਨ ਦੂਜੇ ਦੇ ਕੰਮ ਤੇ ਆ ਸਕਦਾ ਹੈ, ਪਰ ਪਹਿਲਾਂ ਪ੍ਰਜ਼ਰਵ ਕਰਨਾ ਪਵੇਗਾ। ਇਸੇ ਤਰ੍ਹਾਂ ਹੀ ਸਾਹਿਬ ਕਹਿੰਦੇ ਆ, ਤੂੰ ਪਰਮਾਤਮਾ ਦਾ ਨਾਮ ਜਪਦਾ ਹੈ, ਜੋ ਪਰਮਾਤਮਾ ਦਾ ਜਪਿਆ ਨਾਮ ਹੈ, ਇਹ ਤੇਰੇ ਅੰਦਰ ਉਸ ਪ੍ਰਭੂ ਮਿਲਾਪ ਰੂਪੀ ਬੀਜ ਨੂੰ ਪ੍ਰਜ਼ਰਵ ਕਰਦਾ ਰਹੇਗਾ, ਪ੍ਰਜ਼ਰਵ ਕਰਦਾ ਰਹੇਗਾ, ਤਾਂ ਕਿ ਮੌਕਾ ਪੈਣ ਤੇ ਇਹ ਬੀਜ ਫੁੱਟ ਜਾਏਗਾ, ਔਰ ਜੋ ਤੇਰੀ ਜ਼ਿੰਦਗੀ ਦਾ ਮਨੋਰਥ ਹੈ ਉਹ ਤੈਨੂੰ ਮਿਲ ਜਾਏਗਾ। ਕਰ ਕਿਰਪਾ 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 ਕਰ ਜਗਤ ਪਿਤ ਸਵਾਮੀ। ਹੇ ਪਰਮਾਤਮਾ, ਤੂੰ ਸਾਡੇ ਤੇ ਜਗਤ ਦੇ ਪਿਤਾ ਸਵਾਮੀ ਕਿਰਪਾ ਕਰ। ਹਮ ਦਾਸਨ ਦਾਸ ਕੀ ਜੈ ਪਣਹਾਰੀ। ਔਰ ਇਸ ਲਈ ਕਿਰਪਾ ਕਰਕੇ ਅਸੀਂ ਜੋ ਪਰਮਾਤਮਾ ਦੇ ਦਾਸ ਨੇ, ਉਹਨਾਂ ਦੇ ਦਾਸਾਂ ਦੇ ਪੈਰਾਂ ਦੀ ਜੁੱਤੀ ਬਣ ਜਾਈਏ, ਅਸੀਂ ਉਹਨਾਂ ਦਾ ਪਾਣੀ ਭਰਨ ਵਾਲੇ ਬਣ ਜਾਈਏ, ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਈਏ, ਤਾਂ ਕਿ ਸਾਡਾ ਵੀ ਜੀਵਨ ਹੈ ਜਿਹੜਾ ਉਹ ਸਫਲ ਹੋ ਸਕੇ। ਰਹਾਓ ਤਿੰਨ ਮਤ ਉੱਤਮ, ਤਿੰਨ ਪਤ ਉੱਤਮ, ਜਿਨ ਹਿਰਦੈ ਵਸਿਆ ਬਨਵਾਰੀ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਵਸ ਗਿਆ ਹੈ, ਉਹਨਾਂ ਦੀ ਮਤ ਸਮਝ ਲਓ ਉੱਤਮ ਹੈ। ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਵਸ ਗਿਆ ਹੈ, ਉਹਨਾਂ ਦੀ ਪਤ ਵੀ ਉੱਤਮ ਹੈ। ਇਸੇ ਕਰਕੇ ਕਹਿੰਦੇ ਆ, ਮਤ ਪਤ ਕਾ ਰਾਖਾ ਅਕਾਲ ਪੁਰਖ ਵਾਹਿਗੁਰੂ।
ਹੇ ਅਕਾਲ ਪੁਰਖ ਤੂੰ ਐਸੀ ਮਤ ਦੇ ਕਿ ਉਹ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਵੱਸ ਜਾਏ ਤਾਂ ਕਿ ਸਾਡੀ ਵੀ ਜ਼ਿੰਦਗੀ ਹੈ ਜਿਹੜੀ ਉਹ ਵਧੀਆ ਹੋ ਸਕੇ। ਤਿੰਨ ਕੀ ਸੇਵਾ ਲਾਏ ਹਰ ਸਵਾਮੀ, ਤਿੰਨ ਸਿਮਰਤ ਗਤ ਹੋਏ ਹਮਾਰੀ। ਹੇ ਪਰਮਾਤਮਾ, ਤੇਰੇ ਚਰਨਾਂ 'ਚ ਸਾਡੀ ਇੱਕ ਹੀ ਅਰਦਾਸ ਹੈ, ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਵਸਿਆ ਹੋਇਆ ਹੈ, ਸਾਨੂੰ ਉਹਨਾਂ ਦੀ ਸੇਵਾ ਦੇ ਵਿੱਚ ਲਗਾ ਤਾਂ ਕਿ ਸਾਡੀ ਵੀ ਗਤ ਹੋ ਜਾਵੇ। ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਹਰ ਦਰਗਾਹ ਕਾਢੇ ਮਾਰੇ, ਤੇ ਜਿਨ੍ਹਾਂ ਨੇ ਐਸੇ ਪ੍ਰਭੂ ਪਰਮਾਤਮਾ ਨੂੰ ਨਹੀਂ ਪਾਇਆ, ਜਿਨ੍ਹਾਂ ਨੇ ਐਸੇ ਚੰਗੇ ਲੋਕਾਂ ਦੀ ਸੰਗਤ ਨਹੀਂ ਕੀਤੀ, ਸਾਹਿਬ ਕਹਿੰਦੇ ਉਹਨਾਂ ਨੂੰ ਤੇ ਫਿਰ ਦੁਨੀਆਂ ਦੇ ਵਿੱਚ ਵੀ ਮਾਰ ਹੈ ਤੇ ਅੱਗੇ ਦਰਗਾਹ 'ਚ ਵੀ ਫਿਰ ਉਹਨਾਂ ਲਈ ਮਾਰ ਹੀ ਪੈਂਦੀ ਹੈ। ਇਹਦਾ ਜ਼ਿਕਰ ਗੁਰਬਾਣੀ 'ਚ ਵੀ ਕੀਤਾ ਹੈ, ਬਹੁਤਾਤ ਗਿਣਤੀ ਦੇ ਲੋਕ ਦੁਨੀਆਂ ਦੇ ਵਿੱਚ ਹੀ ਰਹਿੰਦੇ ਹੈ, ਦੁਨਿਆਵੀ ਬੰਦਿਆਂ ਦਾ ਹੀ ਸਾਂਝ ਰੱਖਦੇ ਹੈ, ਤੇ ਫਿਰ ਸਤਿਗੁਰੂ ਵੀ ਕਹਿ ਦਿੰਦੇ ਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਐ ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋਵਈ ਪਾਉਂਦੀ। ਇੱਥੇ ਥਾਉ ਨਾ ਹੋਵੀ ਪਾਉਂਦੀ ਦਾ ਮਤਲਬ ਹੈ ਜੁੱਤੀਆਂ ਪੈਂਦਿਆਂ ਨੂੰ ਵਾਰ ਦਿਓ, ਥਾਉ ਨਾ ਹੋਵਈ ਪਾਉਂਦੀ। ਹੁਣ ਸੁਣੀਐ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਤੇ ਸਾਹਿਬ ਕਹਿੰਦੇ ਆ ਉਹ ਜਨਮ ਗਵਾ ਦਿੰਦੇ ਆ, ਤੇ ਨਰ ਨਿੰਦਕ ਸ਼ੋਭ ਨਾ ਪਾਵੈ, ਤਿੰਨ ਨੱਕ ਕਾਟੇ ਸਿਰਜਨਹਾਰੀ। ਐਸੇ ਲੋਕ ਪ੍ਰਭੂ ਦੇ ਦਰ ਤੇ ਸ਼ੋਭਾ ਨਹੀਂ ਪਾਉਂਦੇ, ਸਮਝ ਲਓ ਨੱਕ ਕਾਟੇ ਕਰੂਪ ਹੈ, ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਵਿਅਰਥ ਚਲੇ ਗਈ ਹੈ। ਹਰ ਆਪ ਬੁਲਾਵੈ ਆਪੇ ਬੋਲੈ, ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ। ਉਹ ਪਰਮਾਤਮਾ ਜਿਹੜਾ ਨਿਰੰਕਾਰ ਹੈ, ਨਿਰੰਜਨ ਹੈ, ਮਾਇਆ ਤੋਂ ਰਹਿਤ ਹੈ, ਉਹ ਆਪ ਹੀ ਬੁਲਾਉਂਦਾ ਹੈ ਤੇ ਸਭ ਦੇ ਵਿੱਚ ਆਪ ਹੀ ਬੋਲਦਾ ਹੈ, ਆਪ ਹੀ ਬੋਲਦਾ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ। ਉਹ ਆਪ ਹੀ ਸਭ ਦੇ ਅੰਦਰ ਬੋਲ ਰਿਹਾ ਹੈ। ਹਰ ਜਿਸ ਤੋਂ ਮੇਲੈ ਸੋ ਤੁਧ ਮਿਲ ਸੀ, ਜਨ ਨਾਨਕ ਕਿਹਾ ਇਹ ਜੰਤ ਵਿਚਾਰੀ। ਹੇ ਪਰਮਾਤਮਾ, ਤੂੰ ਆਪ ਜਿਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਉਹ ਤੇਰੇ ਨਾਲ ਮਿਲ ਜਾਂਦਾ ਹੈ, ਜਿਸ ਨੂੰ ਪਰਮਾਤਮਾ ਤੂੰ ਆਪਣੇ ਨਾਲ ਨਹੀਂ ਮਿਲਾਉਂਦਾ ਉਹ ਫਿਰ ਮਿਲ ਨਹੀਂ ਪਾਉਂਦਾ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ। ਕਿਉਂਕਿ ਗੁਰਬਾਣੀ ਇਹ ਵੀ ਕਹਿੰਦੀ ਹੈ, ਬਹੁਤਾਤ ਗਿਣਤੀ ਐਸੀ ਹੈ, ਚਾਲੇ ਥੇ ਹਰ ਮਿਲਨ ਕਹੋ, ਬੀਚੈ ਅਟਕਿਓ ਜੀ। ਚੱਲੇ ਪਰਮਾਤਮਾ ਨੂੰ ਮਿਲਨ ਸੀ, ਪਰ ਚਿੱਤ ਉਹਨਾਂ ਦਾ ਅੱਧ ਦੇ ਵਿੱਚ ਹੀ ਅਟਕ ਗਿਆ ਹੈ, ਨਹੀਂ ਮਿਲ ਪਾਏ, ਨਹੀਂ ਪਹੁੰਚ ਪਾਏ, ਕੋਈ ਕਿਤੇ ਅਟਕਿਆ ਰਹਿ ਗਿਆ, ਕੋਈ ਕਿਤੇ। ਇੱਥੋਂ ਤੱਕ ਕਿ ਗੁਰਬਾਣੀ ਨੇ ਕਹਿ ਦਿੱਤਾ, ਲੋਕ ਧਰਮ ਗ੍ਰੰਥਾਂ 'ਤੇ ਵੀ ਅਟਕ ਜਾਂਦੇ ਹੈ, ਜਿਨ੍ਹਾਂ ਨੇ ਪਾਰ ਕਰਾਉਣਾ ਸੀ ਉੱਥੇ ਵੀ ਅਟਕ ਗਏ। ਕਬੀਰ ਸਾਹਿਬ ਦੇ ਬਚਨ ਹੈ, ਵੇਦ ਕੀ ਪੁੱਤਰੀ ਸਿਮਰਤ ਬਈ, ਸਾਂਕਲ ਜੀਵਣੀ ਹੈ ਲੈ ਆਈ। ਇਹ ਜਿਹੜੇ ਤੁਹਾਨੂੰ ਧਰਮ ਗ੍ਰੰਥਾਂ ਨੇ ਮੁਕਤ ਕਰਨਾ ਸੀ, ਧਰਮ ਗ੍ਰੰਥਾਂ ਦੇ ਵਿੱਚ ਹੀ ਅਟਕ ਕੇ ਰਹਿ ਗਏ, ਅਟਕ ਕੇ ਰਹਿ ਗਏ। ਬਹੁਤਾਤ ਗਿਣਤੀ ਦੇ ਵਿੱਚ ਲੋਕ ਅੰਧ ਵਿਸ਼ਵਾਸਾਂ, ਵਹਿਮਾਂ ਭਰਮਾਂ, ਪਖੰਡਾਂ 'ਚ ਹੀ ਅਟਕੇ ਰਹਿੰਦੇ ਆ। ਇਸੇ ਕਰਕੇ ਹੀ ਸਤਿਗੁਰਾਂ ਦੀ ਇਹ
ਪਵਿੱਤਰ ਪਾਵਨ ਅਰਦਾਸ। ਹੇ ਵਾਹਿਗੁਰੂ, ਸਾਡੇ ਤੇ ਕਿਰਪਾ ਕਰ, ਸਾਡਾ ਮਿਲਾਪ ਸਤਿਗੁਰੂ ਨਾਲ ਹੋ ਜਾ, ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਵੀ ਉਸ ਅਕਾਲ ਪੁਰਖ ਨੂੰ ਮਿਲ ਲਈਏ, ਜਿਸ ਨੂੰ ਮਿਲਣਾ ਹੀ ਸਾਡੇ ਜੀਵਨ ਦਾ ਮਨੋਰਥ ਹੈ। ਕਿਉਂਕਿ ਸਾਹਿਬ ਕਹਿੰਦੇ ਹੈ, ਭਈ ਪ੍ਰਾਪਤ ਮਨੁੱਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਲਈ ਗੁਰੂ ਕੇ ਪਿਆਰਿਓ, ਸੰਗਤ ਦੇ ਵਿੱਚ ਆ ਕੇ ਸਿਮਰਨ ਕੀਤਾ, ਸੇਵਾ ਕੀਤੀ, ਕਿਉਂਕਿ ਜੇ ਇੰਨਾ ਸਮਾਂ ਅਸੀਂ ਕੱਢਦੇ ਹਾਂ, ਇਹ ਸਾਡੇ ਚੰਗੇ ਭਾਗ ਹੈ। ਇਹ ਸਮਾਂ ਸਤਿਗੁਰੂ ਜੀ ਸਾਡੇ ਤੋਂ ਇਸੇ ਤਰ੍ਹਾਂ ਹੀ ਲੈਂਦੇ ਰਹਿਣ, ਤਾਂ ਕਿ ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਸਾਡੇ ਤੇ, ਸਾਡੇ ਪਰਿਵਾਰਾਂ ਤੇ ਬਣੀ ਰਹੇ। ਇਹ ਇਸ ਸ਼ਬਦ ਦੀਆਂ ਵਿਚਾਰਾਂ ਸਨ। ਕੱਲ੍ਹ ਨੂੰ ਅਸੀਂ ਇਸ ਤੋਂ ਅਗਲੇ ਸ਼ਬਦ, ਭੈਰੋਂ ਮਹਿਲਾ ਚੌਥਾ, ਸਤ ਸੰਗਤ ਸਾਈਂ ਹਰ ਤੇਰੀ, ਜਿਤ ਹਰ ਕੀਰਤ ਹਰ ਸੁਣਨੇ, ਇਸ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਗੁਰੂ ਫਤਿਹ ਪ੍ਰਵਾਨ ਕਰਿਓ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।